ਗਾਂਧੀ 3 ਫਿਲਮ ਤੋਂ ਬਾਅਦ ਦੇਵ ਕਰੋੜ ਨੇ ਅਗਲੇ ਸਾਲ ਦੀ ਤਿਆਰੀ ਕਰ ਲਈ ਤੇ ਅਗਲੇ ਸਾਲ ਦੇ ਪਹਿਲੇ ਮਹੀਨੇ ਦੇਵ ਕਰੋੜ ਫਿਲਮ ਲੈ ਕੇ ਆ ਰਹੇ ਨੇ, ਜਿਸ ਦਾ ਐਲਾਨ ਹੋ ਚੁੱਕਾ। ਫਿਲਮ ਦਾ ਅਫੀਸ਼ੀਅਲ ਪੋਸਟਰ ਸਾਹਮਣੇ ਆਇਆ, ਜਿਸ ਨੂੰ ਕੀ ਗੀਤ MP3 ਤੇ ਜੈਪਕੋ ਫਿਲਮ ਵੱਲੋਂ ਪ੍ਰੈਜੈਂਟ ਕੀਤਾ ਜਾਏਗਾ। ਫਿਲਮ ਦਾ ਟਾਈਟਲ ਹੈ ਮਜੈਲ, ਜਿਸ ਨੂੰ ਕੀ ਧੀਰਜ ਕੇਦਾਰਨਾਥ ਰਤਨ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ। ਫਿਲਮ ਦਾ ਅਫੀਸ਼ੀਅਲ ਪੋਸਟਰ ਰਿਲੀਜ਼ ਹੋਇਆ ਤੇ ਇਸ ਦੇ ਨਾਲ ਇੱਕ ਲਾਈਨ ਵੀ ਲਿਖੀ ਹੈ, ਮਜੈਲ ਤੇ ਇੱਕ ਨੀ ਵਿਗੜਿਆ ਮਾਨ, ਇੱਥੇ ਤੇ ਸਾਰੇ ਵਿਗੜੇ ਫਿਰਦੇ ਆ। ਇਸ ਫਿਲਮ ਦੇ ਵਿੱਚ ਦੇਵ ਕਰੋੜ ਤੋਂ ਇਲਾਵਾ ਗੁੱਗੂ ਗਿੱਲ, ਰੂਪੀ ਗਿੱਲ, ਧੀਰਜ ਕੁਮਾਰ, ਕੁਲ ਸਿੱਧੂ, ਹੋਬੀ ਧਾਲੀਵਾਲ ਤੇ ਕਈ ਹੋਰ ਕਲਾਕਾਰਾਂ ਦਾ ਅਹਿਮ ਰੋਲ ਹੋਏਗਾ। ਰੂਪੀ ਗਿੱਲ ਨੇ ਬੀਬੀ ਰਾਣੀ ਫਿਲਮ ਤੋਂ ਬਾਅਦ ਆਪਣੀ ਅਦਾਕਾਰੀ ਨੂੰ ਸਾਬਿਤ ਕੀਤਾ ਤੇ ਹੁਣ ਰੂਪੀ ਗਿੱਲ ਤੋਂ ਬਹੁਤ ਸਾਰੀਆਂ ਆਫਰਸ ਨੇ। ਅਗਲੇ ਸਾਲ ਵੀ ਇਹ ਅਦਾਕਾਰਾ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਨਜ਼ਰ ਆਏਗੀ, ਜਿਸ ਦੀ ਸ਼ੁਰੂਆਤ ਮਜੈਲ ਫਿਲਮ ਦੇ ਨਾਲ ਹੋਣ ਜਾ ਰਹੀ ਹੈ। ਫਿਲਮ ਦੇ ਅਫੀਸ਼ੀਅਲ ਪੋਸਟਰ ਦੇ ਨਾਲ ਇਸ ਦੀ ਰਿਲੀਜ਼ ਡੇਟ ਵੀ ਮੈਂਸ਼ਨ ਕੀਤੀ ਗਈ ਹੈ। ਇਹ ਫਿਲਮ ਅਗਲੇ ਸਾਲ ਪਹਿਲੇ ਮਹੀਨੇ ਯਾਨੀ ਕਿ 31 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। KV ਢਿੱਲੋਂ ਤੇ ਅਨਮੋਲ ਸਾਨੀ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ। ਬਾਕੀ ਇਸ ਫਿਲਮ ਦੀ ਸ਼ੂਟਿੰਗ ਆਲਮੋਸਟ ਖਤਮ ਹੋ ਚੁੱਕੀ ਹੈ ਤੇ ਅਗਲੇ ਸਾਲ ਇਸ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾਏਗੀ। ਇਸ ਸਾਲ ਗਾਂਧੀ 3 ਦੇ ਨਾਲ ਦੇਵ ਕਰੋੜ ਨੇ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਐਂਟਰਟੇਨ ਕੀਤਾ ਤੇ ਫਿਲਮ ਨੇ ਅੱਛੀ ਖਾਸੀ ਕਮਾਈ ਵੀ ਬਾਕਸ ਆਫਿਸ ਉੱਤੇ ਕੀਤੀ ਹੈ ਤੇ ਅਗਲੇ ਸਾਲ ਦੀ ਸ਼ੁਰੂਆਤ ਦੇਵ ਕਰੋੜ ਮਜੈਲ ਫਿਲਮ ਦੇ ਨਾਲ ਕਰਨਗੇ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੀ ਤਿਆਰੀ ਦੇਵ ਕਰੋੜ ਵੱਲੋਂ ਚੱਲ ਰਹੀ ਹੈ। ਜਦ ਫਿਲਮ ਦੇ ਵਿੱਚ ਦੇਵ ਕਰੋੜ, ਰੂਪੀ ਗਿੱਲ ਤੇ ਗੁੱਗੂ ਗਿੱਲ ਹੋਣਗੇ ਤੇ ਫਿਲਮ ਕਮਾਲ ਦੀ ਹੋਏਗੀ ਤੇ ਚੈਰੀ ਓਨ ਦਾ ਕੇਕ ਧੀਰਜ ਕੇਦਾਰਨਾਥ ਰਤਨ, ਜਿਨ੍ਹਾਂ ਨੇ ਸਾਡੀ ਲਵ ਸਟੋਰੀ, ਤੂਫੰਗ, ਜਿੰਦੂਆ ਤੇ ਕਈ ਹੋਰ ਪੰਜਾਬੀ ਫਿਲਮਾਂ ਨੂੰ ਡਾਇਰੈਕਟ ਕੀਤਾ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।